ਅਮਰੀਕਾ ਤੋਂ ਜਹਾਜ਼ ਸਿੱਧਾ ਬਠਿੰਡਾ ਹੀ ਲੈਂਡ ਕੀਤਾ, ਜਿਤਾ ਲਓਗੇ ਬੀਬਾ ਜੀ ਨੂੰ? ਕਿ ਅਸਲ 'ਚ ਪਹਿਲਾਂ ਅਸੀਂ 2016-17 'ਚ ਨਾ ਜਿਹੜੇ ਝਾੜੂ ਵਾਲੇ ਆਏ ਸੀ ਇਹਨਾਂ ਦੇ ਝਾਂਸੇ 'ਚ ਆ ਕੇ ਅਸੀਂ ਪੰਜਾਬ ਆ ਗਏ ਸੀ। ਇਹ ਕਹਿੰਦੇ ਜੀ ਪੰਜਾਬ ਬਰਬਾਦ ਹੋ ਗਿਆ ਜੀ, ਸਾਨੂੰ NRI ਨੂੰ ਭਗਵੰਤ ਜਾਂ ਸੰਜੇ ਦਲੇਰ ਟੀਮ ਕਹਿੰਦੀ, ਅਸੀਂ ਅਰਬ ਡਾਲਰ ਇਕੱਠੇ ਕਰਕੇ ਦਿੱਤੇ। ਜਦ ਇੱਥੇ ਆ ਕੇ ਦੇਖਿਆ ਵੀ ਉਹ ਪੈਸੇ ਤਾਂ ਖੁਰਦ ਬੁਰਦ ਹੋ ਗਏ। ਪ੍ਰਧਾਨ ਸਾਹਿਬ ਬੰਦਾ ਜੋ ਕਹਿਣੀ ਕਰਨੀ ਦਾ ਪੱਕਾ, ਮੈਂ ਆਈ ਲਵ ਮਾਈ ਪ੍ਰਧਾਨ ਸਾਹਿਬ। ਟਮਾਤਰ ਵਾਲਾ ਮੰਤਰੀ ਆ ਉਹ ਕੁਲਦੀਪ ਧਾਲੀਵਾਲ, ਟਮਾਤਰ ਉਹ ਕਹਿੰਦਾ ਜੀ ਮੈਂ ਸੁੱਖ ਬਿਲਾਸ ਦੇ ਵਿੱਚ ਅਸੀਂ ਇੱਥੇ ਤਾਂ ਕਰਕੇ ਉਹ ਤਰਦਿਆਂ ਦੇ, ਹੋਇਆ ਤਾਂ ਕੁਛ ਹੈ ਨਹੀਂ ਗਾ ਯਾਰ। ਬਾਈ ਜਿੰਨਾ ਖੁੱਲ੍ਹ ਕੇ ਬੋਲ ਰਹੇ ਹੋ, ਅਮਰੀਕਾ ਨਹੀਂ ਵਾਪਸ ਜਾ ਹੋਣਾ, ਸਰਕਾਰ ਬਹੁਤ ਦੇਖੀ। ਚੰਨੀ ਜੀ ਆ ਕੇ ਕਹਿੰਦੇ ਮੈਂ ਸੱਪ ਵੀ ਫੜ ਲੈਂਦਾ, ਮੈਂ ਬੱਕਰੀ ਵੀ ਚੋ ਲੈਂਦਾ, ਨਾ ਉਹ ਪੰਜਾਬ ਦੇ ਮੁੱਦੇ ਨਹੀਂ ਹੈਗੇ। ਇਹ ਸਾਰੇ ਪਤਾ ਨਹੀਂ ਕਿੱਥੋਂ ਨਚਾਰ ਟਾਈਪ ਜੇ ਲੋਕ ਆਏ ਹੋਏ ਨੇ। CM ਸਾਹਿਬ ਆਪਣੀ ਜਵਾਨ ਕੋ ਲਗਾਮ ਦਿਉ ਔਰ ਇਤਨਾ ਭੌਂਕਾ ਮਤ ਕਰੋ ਕਿ ਜੋ ਵੀ ਮਨ ਮੇ ਆਏ ਵੋ ਬਕ ਦਿਉ। ਜੇ ਕਿੱਕਲੀਆਂ ਸੇ ਪੰਜਾਬ ਨਹੀਂ ਚਲੇਗਾ, ਪੰਜਾਬ ਕੇ ਲੋਕ ਅਭੀ ਜਾਗਰੂਕ ਹੋ ਗਏ ਹੈ। ਸੋ ਜੇ ਮੇਰੀ ਚੇਤਾਵਨੀ ਹੈ ਆਪਕੋ ਕਿ ਦਿਨ ਬਦਲਤੇ ਸਮਾਂ ਨਹੀਂ ਲਗਤਾ, ਅਭੀ 2027 ਮੇਂ ਇਲੈਕਸ਼ਨ ਆਏਗਾ ਨਾ, ਆਪਕੋ ਭਾਗਨੇ ਕੋ ਜਗ੍ਹਾ ਨਹੀਂ ਮਿਲੇਗੀ। ਜੈਸੇ ਮਜੀਠੀਆ ਕਹਤੇ ਹੈ ਨਾ, ਧੌਨ ਸੇ ਪਕੜ ਕਰ ਆਪਕੀ ਚੀਂ ਚੀਂ ਕਰਾਏਂਗੇ, ਤਾਂ ਆਪਕੀ ਚੀਂ ਚੀਂ ਵੀ ਨਹੀਂ ਨਿਕਲੇਗੀ। ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਅਤੇ ਮੈਂ ਹਾਂ ਕਰਨ। ਬਠਿੰਡਾ ਲੋਕ ਸਭਾ ਚੋਣਾਂ ਅਤੇ ਅਮਰੀਕਾ ਤੋਂ ਸਿੱਧਾ ਬਠਿੰਡਾ ਪਹੁੰਚੇ, ਕਹਿੰਦੇ ਵੀ ਬਾਦਲਾਂ ਨੂੰ ਜਿਤਾਉਣਾ ਹੈ। ਦਵਿੰਦਰ ਬੀਲਾ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ? ਸਤਿ ਸ਼੍ਰੀ ਅਕਾਲ ਜੀ ਕਰਨ ਜੀ, ਔਰ ਤੁਹਾਡੀ ਸਾਰੀ ਟੀਮ ਨੂੰ ਮੈਂ ਸਤਿ ਸ਼੍ਰੀ ਅਕਾਲ ਕਰਦਾ ਜੀ। ਬਾਈ ਅਮਰੀਕਾ ਤੋਂ ਜਹਾਜ਼ ਸਿੱਧਾ ਬਠਿੰਡਾ ਹੀ ਲੈਂਡ ਕੀਤਾ, ਜਿਤਾ ਲਓਗੇ ਬੀਬਾ ਜੀ ਨੂੰ? ਦੇਖੋ ਜਿਤਾ ਲੋਕਾਂ ਨੇ ਆ, ਔਰ ਬੀਬਾ ਜੀ ਨੇ ਪਹਿਲਾਂ 3 ਵਾਰ ਜਦੋਂ ਸੰਸਦ ਵਿੱਚ ਗਏ ਨੇ, ਜਿਹੜੇ ਆਪਾਂ ਛੋਟੇ ਮੋਟੇ ਕੰਮ ਤਾਂ ਨਾ ਗਣਾਈਏ, ਆਪਾਂ 3 ਵੱਡੇ ਕੰਮ ਹੀ ਗਣਾ ਦਿੰਦੇ ਹਾਂ। ਗੁਰੂ ਗੋਬਿੰਦ ਸਿੰਘ ਰਿਫਾਇਨਰੀ ਲੈ ਕੇ ਆਏ ਤਲਵੰਡੀ ਸਾਬੋ, ਕਿੰਨੀਆਂ ਜੋਬਸ ਮਿਲੀਆਂ, ਕਿੰਨੀਆਂ ਨੌਕਰੀਆਂ ਮਿਲੀਆਂ, ਉਹਨਾਂ ਲੋਕਾਂ ਦੀ ਇੱਕ ਜ਼ਿੰਦਗੀ ਬਦਲ ਗਈ। ਉੱਥੇ ਅੱਜ ਕੱਲ੍ਹ ਇੱਕ ਖੋਖੇ ਦਾ 3500 ਰੁਪਈਆ ਮਹੀਨਾ ਕਿਰਾਇਆ, ਔਰ ਫਿਰ ਜੀ ਇਹ ਯੂਨੀਵਰਸਿਟੀ ਲੈ ਕੇ ਆਏ ਜਿੱਥੇ ਸਾਡੇ ਹਰ ਵਰਗ ਦੇ ਬੱਚੇ ਜਿਹੜੇ ਪੜ੍ਹਦੇ ਨੇ, ਕੋਈ ਡਾਕਟਰ ਬਣਦਾ, ਕੋਈ ਇੰਜੀਨੀਅਰ ਬਣਦਾ, ਕੋਈ IPS ਬਣਦਾ, ਹੈ ਨਾ। ਔਰ ਆਪਣਾ ਏਮਸ ਸਭ ਤੋਂ ਵੱਡਾ ਹੋਸਪਿਟਲ ਲੈ ਕੇ ਆਏ ਨੇ, ਨਹੀਂ ਭਾਜੜਾ ਪੈ ਜਾਂਦੀਆਂ ਸੀ ਚੰਡੀਗੜ੍ਹ ਜਾਣ ਨੂੰ, ਹੁਣ ਬਠਿੰਡੇ ਨੂੰ ਹੀ ਚੰਡੀਗੜ੍ਹ ਬਣਾਤਾ। ਇਹ ਗੱਲ ਆਮ ਪ੍ਰਚਲਿਤ ਹੈ ਵੀ ਬਾਦਲ ਪਰਿਵਾਰ ਨੇ, ਸ਼੍ਰੋਮਣੀ ਅਕਾਲੀ ਦਲ ਨੇ, ਈਵਨ ਇੱਥੇ ਨਹੀਂ ਵਿਦੇਸ਼ ਵਿੱਚ ਵੀ ਬਠਿੰਡੇ ਨੂੰ ਚੰਡੀਗੜ੍ਹ ਬਣਾਤਾ। ਸੋ ਲੋਕ ਕਿਉਂ ਨਹੀਂ ਜਿਤਾਉਣਗੇ, ਇਹ ਤਾਂ ਧੋਖਾ। ਉੱਪਰ ਕਹਿੰਦੇ ਗੱਠਜੋੜ ਸੀਗਾ ਉਦੋਂ, ਹੁਣ ਤਾਂ ਗੱਠਜੋੜ ਹੈ ਨਹੀਂ ਗਾ, ਹੁਣ ਜੇ ਜਿਤਾਉਂਦੇ ਨੇ ਤਾਂ ਕਿਵੇਂ ਸੈਂਟਰ ਤੋਂ ਕੰਮ ਲੈਣਗੇ? ਨਹੀਂ ਦੇਖੋ, ਜਿਹੜਾ MP ਹੁੰਦਾ ਉਹਦੇ ਕੋਟੇ 'ਚ ਬੜਾ ਕੁਛ ਹੁੰਦਾ। ਇਹ ਨਹੀਂ ਹੁੰਦਾ ਕਿ ਜੇ ਉਸ ਪਾਰਟੀ ਦੇ ਨਾਲ ਗੱਠਜੋੜ ਆ ਤਾਂ ਉਸ ਪਾਰਟੀ ਦਾ ਤਾਂ ਉਹਨੂੰ ਹੀ ਫੰਡ ਮਿਲੂਗਾ, ਇਹ ਤਾਂ ਤੈਅ ਹੋਇਆ ਹੁੰਦਾ। ਬਾਕੀ ਇੱਕ ਬੰਦੇ 'ਚ ਵਿਲ ਪਾਵਰ ਹੁੰਦੀ ਹੈ, ਹੈ ਨਾ। ਅਲਾਇੰਸ ਰਿਹਾ ਕਿਤੇ ਨਾ ਕਿਤੇ, ਉਹ ਅਲਾਇੰਸ ਦੀ ਜਿਹੜੀ ਇੱਜ਼ਤ ਹੈ ਉਹ ਸਾਰੇ ਕਰਨਗੇ। ਸੋ ਜੋ ਕੰਮ ਆ ਬੀਬਾ ਜੀ ਕਦੇ ਪਿੱਛੇ ਨਹੀਂ ਹਟਦੇ, ਦਿਨ ਰਾਤ ਲੋਕਾਂ 'ਚ ਰਹਿੰਦੇ ਨੇ, ਬਹੁਤ ਮਿਹਨਤੀ ਨੇ, ਕਿ ਉਹ ਨਾਲ ਰਿਹਾ ਉਹਨਾਂ ਦੇ, ਥੱਕਦੇ ਨਹੀਂ, ਹਮੇਸ਼ਾ ਹਰ ਵਰਗ ਨੂੰ, ਹਰ ਇੱਕ ਨੂੰ ਹੱਸ ਕੇ ਜੱਫੀ ਪਾ ਕੇ ਮਿਲਦੇ ਨੇ। ਕਿਹੜੀ ਚੀਜ਼ ਸੀ ਬਾਈ ਜਿਹੜੀ ਅਮਰੀਕਾ ਬੈਠੇ ਪੂਰੇ ਖਿੱਚ ਲਿਆ? ਨਹੀਂ ਦੇਖੋ, ਸਾਡਾ ਪਿਛੋਕੜ ਸਿਆਸੀ ਸੀਗਾ, ਭਾਵੇਂ ਚਲੋ ਮੇਰੇ ਫਾਦਰ ਸਾਹਿਬ ਪਾਰਟੀ ਨਾਲ ਜੁੜੇ, ਚਾਚਾ ਜੀ ਹੋਰ ਸਾਰੇ, ਔਰ ਮੈਂ ਉੱਥੇ ਗਈ ਨੂੰ ਮੈਨੂੰ 20-22 ਸਾਲ ਹੋ ਗਏ ਸੀ। ਪਰ ਇੱਕ ਨਾ, ਮੈਂ ਲੰਬੀ ਕਹਾਣੀ ਨਹੀਂ ਸੁਣਾਉਂਦਾ, ਮੈਂ ਇੱਕ ਨਿੱਕੀ ਜਿਹੀ ਦੱਸ ਦਿੰਦਾ ਕਿ ਅਸਲ 'ਚ ਪਹਿਲਾਂ ਅਸੀਂ 2016-17 'ਚ ਨਾ ਜਿਹੜੇ ਝਾੜੂ ਵਾਲੇ ਆਏ ਸੀ ਇਹਨਾਂ ਦੇ ਝਾਂਸੇ 'ਚ ਆ ਕੇ ਅਸੀਂ ਪੰਜਾਬ ਆ ਗਏ ਸੀ।
ਇਹ ਕਹਿੰਦੇ ਜੀ ਪੰਜਾਬ ਬਰਬਾਦ ਹੋ ਗਿਆ ਜੀ, ਸਾਨੂੰ NRI ਨੂੰ ਭਗਵੰਤ ਜਾਂ ਸੰਜੇ ਦਲੇਰ ਟੀਮ ਕਹਿੰਦੀ, ਅਸੀਂ ਅਰਬਾਂ ਡਾਲਰ ਇਕੱਠੇ ਕਰਕੇ ਦਿੱਤੇ, ਜਦ ਇੱਥੇ ਆ ਕੇ ਦੇਖਿਆ ਵੀ ਉਹ ਪੈਸੇ ਤਾਂ ਖੁਰਦ ਬੁਰਦ ਹੋ ਗਏ, ਇਹਨਾਂ ਨੇ ਆਪਣੇ ਪਰਸਨਲ ਹਿੱਤਾਂ ਲਈ ਵਰਤ ਲਏ। ਔਰ ਪਾਰਟੀ ਜਦੋਂ ਆ ਕੇ ਦੇਖਿਆ ਕਿ ਪੰਜਾਬ 'ਚ ਕਿਹਨੇ ਕੰਮ ਕੀਤਾ, ਜੇ 100 ਕੰਮ ਪੰਜਾਬ 'ਚ ਹੋਇਆ ਤਾਂ 95 ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਤਾਂ ਕਰਕੇ 2020 ਦੀ ਜੁਲਾਈ ਨੂੰ ਮੈਂ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਚੁਣਿਆ ਔਰ ਆਪਣਾ ਕੈਰੀਅਰ ਇਸ ਪਾਰਟੀ ਤੋਂ ਸ਼ੁਰੂ ਕਰ ਲੱਗੇ। ਬਿਲਕੁਲ ਬਾਈ, ਪਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਦੂਏ ਪਾਸੇ ਭਗਵੰਤ ਮਾਨ ਰੋਜ਼ ਨਵੀਆਂ ਕਿੱਕਲੀਆਂ ਕੱਢ ਲਿਆਉਂਦੇ ਆ। ਮੈਂ ਮਾਨ ਸਾਹਿਬ ਨੂੰ ਗੱਲ ਕਹਿਣੀ ਚਾਹੁੰਦਾ, ਮੈਂ ਹਿੰਦੀ 'ਚ ਕਹਿ ਰਿਹਾ ਜੀ ਕਿਉਂਕਿ ਉਹਦੇ ਜਿਹੜੇ ਹਾਕਾਂ ਨੇ ਉਹ ਹਿੰਦੀ ਉਹਨਾਂ ਨੂੰ ਸਮਝ ਆਉਂਦੀ ਹੈ। ਸੋ CM ਸਾਹਿਬ, ਆਪਣੀ ਜਵਾਨ ਕੋ ਲਗਾਮ ਦਿਓ ਔਰ ਇਤਨਾ ਭੌਂਕਾ ਮਤ ਕਰੋ ਕਿ ਜੋ ਵੀ ਮਨ ਮੇ ਆਏ ਵੋ ਬਕ ਦਿਓ। ਜੇ ਕਿੱਕਲੀਆਂ ਸੇ ਪੰਜਾਬ ਨਹੀਂ ਚਲੇਗਾ, ਪੰਜਾਬ ਕੇ ਲੋਕ ਅਭੀ ਜਾਗਰੂਕ ਹੋ ਗਏ ਹੈ। ਸੋ ਜੇ ਮੇਰੀ ਚੇਤਾਵਨੀ ਹੈ ਆਪਕੋ ਕਿ ਦਿਨ ਬਦਲਤੇ ਸਮਾਂ ਨਹੀਂ ਲਗਤਾ, ਅਭੀ 2027 ਮੇਂ ਇਲੈਕਸ਼ਨ ਆਏਗਾ ਨਾ, ਆਪਕੋ ਭਾਗਨੇ ਕੋ ਜਗ੍ਹਾ ਨਹੀਂ ਮਿਲੇਗੀ। ਜੈਸੇ ਮਜੀਠੀਆ ਕਹਿਤੇ ਹੈ ਨਾ, ਧੌਨ ਸੇ ਪਕੜ ਕਰ ਆਪਕੀ ਚੀਂ ਚੀਂ ਕਰਾਏਂਗੇ, ਤਾਂ ਆਪਕੀ ਚੀਂ ਚੀਂ ਵੀ ਨਹੀਂ ਨਿਕਲੇਗੀ। ਮੈਂ ਬਤਾਤਾ ਹੂੰ ਕਿ ਥੋੜ੍ਹਾ ਸਾ ਭੌਂਕਣਾ ਕੰਮ ਕਰ ਦੀਜੀਏ। ਕਿਵੇਂ ਲੱਗਦਾ ਜਦੋਂ ਇੱਕ ਮੁੱਖ ਮੰਤਰੀ ਕਿੱਕਲੀ ਸੁਣਾ ਰਿਹਾ ਹੁੰਦਾ ਹੈਗਾ, ਕਿਉਂਕਿ ਸਿੱਧਾ ਸਿੱਧਾ ਟਾਰਗੇਟ ਕਰਦੇ ਹਰਸਿਮਰਤ ਬਾਦਲ ਨੂੰ, ਹਰਸਿਮਰਤ ਬਾਦਲ ਨੂੰ ਤੁਸੀਂ ਜਿਤਾਉਣਾ ਹੈ? ਦੇਖੋ ਮੈਂ ਗੱਲ ਕਹਿਣਾ, ਜਦੋਂ ਨਾ ਆਪਣੇ ਕੋਲ ਕੋਈ ਸਮਾਨ ਨਹੀਂ ਹੁੰਦਾ, ਕੋਈ ਗੱਲ ਨਹੀਂ ਹੁੰਦੀ ਦੱਸਣ ਨੂੰ ਕਿ ਮੈਂ ਪੰਜਾਬ ਦੇ ਵਿੱਚ ਕੀ ਕੀਤਾ, ਤਾਂ ਆਪਾਂ ਵਿਰੋਧੀਆਂ 'ਤੇ ਵੈਸੇ ਨਿਸ਼ਾਨੇ ਸਾਧਦੇ ਰਹਿੰਦੇ। ਹੁਣ ਬਾਦਲ ਪਰਿਵਾਰ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ 8ਵੇਂ ਸਾਲ ਚੱਲਦਾ ਪਾਵਰ 'ਚੋਂ ਬਾਹਰ ਹੋਏ। ਪਹਿਲਾਂ 5 ਸਾਲ ਕਾਂਗਰਸ ਨੇ ਗੁਟਕੇ ਦੀ ਸਹੁੰ ਖਾ ਕੇ, ਉਹ ਕੈਪਟਨ ਜੀ ਤਾਂ ਭਾਜਪਾ 'ਚ ਹੀ ਚਲੇ ਗਏ, ਫਿਰ ਚੰਨੀ ਜੀ ਆ ਕੇ ਕਹਿੰਦੇ ਮੈਂ ਸੱਪ ਵੀ ਫੜ ਲੈਂਦਾ, ਮੈਂ ਬੱਕਰੀ ਵੀ ਚੋ ਲੈਂਦਾ ਨਾ, ਪੰਜਾਬ ਦੇ ਮੁੱਦੇ ਨਹੀਂ ਹੈਗੇ। ਇਹ ਸਾਰੇ ਪਤਾ ਨਹੀਂ ਕਿੱਥੋਂ ਨਚਾਰ ਟਾਈਪ ਜਿਹੇ ਲੋਕ ਆਏ ਹੋਏ ਨੇ ਸਿਆਸਤ ਦੇ ਵਿੱਚ। ਸੋ ਮੈਂ ਇਹਨੂੰ ਭਗਵੰਤ ਨੂੰ ਕਹਿਣਾ ਚਾਹੁੰਦਾ ਕਿ ਤੇਰੀ ਬੀਬੀ ਕਹਿੰਦੀ ਸੀ MSP 5 ਮਿੰਟਾਂ 'ਚ ਦੇਵਾਂਗੇ, ਉਹ ਤਾਂ ਦਿੱਤੀ ਨਹੀਂ ਗਈ, ਹੱਥ ਖੜ੍ਹੇ ਕਰ ਗਏ। 72 ਘੰਟੇ 'ਚ ਨਸ਼ਾ ਖਤਮ ਕਰਾਂਗੇ, ਉਹ ਤਾਂ ਦਿੱਤਾ ਨਹੀਂ ਗਿਆ। ਹਜ਼ਾਰ ਰੁਪਏ ਦਾ ਝੂਠਾ ਲਾਰਾ ਲਾਇਆ ਬੀਬੀਆਂ ਨੂੰ, ਅਜੇ 28 ਮਹੀਨੇ ਹੋ ਗਏ, ਜਿਹਦੇ ਘਰ 2 ਬੀਬੀਆਂ, 56,000 ਬੰਦਾ ਜ਼ਿਆਦਾ ਚੈੱਕ ਦੇ ਕੇ ਭੇਜੋ। ਆ ਤੇਰੀ ਸਪੀਡ ਚੈੱਕ ਕਰੀ ਭਗਵੰਤ ਸਿੰਘ, ਜਿਹੜਾ ਕਹਿੰਦਾ ਸੀ ਮੈਂ ਸਰਕਾਰ 7ਥਾਂ 'ਚੋਂ ਚਲਾਊਂਗਾ, ਸਾਨੂੰ ਗਨਮੈਨ ਨਹੀਂ ਚਾਹੀਦੇ। ਅੱਜ ਮੈਨੂੰ ਇੱਕ ਗੱਲ ਦੱਸੋ, ਤੁਹਾਡੀ ਮਾਤਾ ਜੀ ਕੋਲ ਕਿਹੜਾ ਅਹੁਦਾ, ਤੁਹਾਡੀ ਭੈਣ ਜੀ ਕੋਲ ਕਿਹੜਾ ਅਹੁਦਾ? ਚਲੋ ਤੁਹਾਡੇ ਵਾਈਫ ਮੰਨ ਲੈਂਦੇ ਹਾਂ ਕਿ ਸ਼ੀ ਇਜ਼ ਅ ਫਸਟ ਚੀਫ ਮਿਨਿਸਟਰ, ਜਿੱਦਾਂ ਕਹਿੰਦੇ ਤੁਸੀਂ ਮੇਨ ਹੋ, ਹੈ ਨਾ, ਉਹਨਾਂ ਨੇ ਚਲੋ ਤੁਹਾਡੀ ਧਰਮ ਪਤਨੀ ਆ, ਪਰ ਗਨਮੈਨ ਇਹਨੇ 400-400 ਗਨਮੈਨ, ਔਰ ਤੁਹਾਡੇ ਨੇਤਾ ਕਟਾਰੂ ਚੱਕ ਵਰਗੇ, ਬਲਕਾਰ ਵਰਗੇ, ਇਹਨਾਂ ਦੇ ਵੀਡੀਓ ਆ ਰਹੇ ਆ। ਮੈਂ ਹੁਣ ਆਪ ਕੋਟ ਰਤਨ ਫੱਤਾ ਹੋ ਗਿਆ, ਇਹ ਤੁਹਾਡੇ ਇੱਧਰ ਆ ਹੋ ਗਿਆ ਸਰਕਾਰੀ, ਪਤਾ ਨਹੀਂ ਕਿਹੜਾ ਸਕੀਰੀ ਇੱਧਰੋਂ ਜੇ ਆ, ਉਹ ਵੀ ਸਰਾਰੀ, ਇਹ ਸਾਰੇ ਕਿੰਨੇ ਘਪਲੇ ਕਰੀ ਜਾਂਦੇ ਆ। ਜੋੜਾ ਮਾਜਰਾ, ਆ ਪਠਾਨ ਮਾਜਰਾ, ਕਦੇ ਤੁਸੀਂ ਲਾਲਜੀਤ ਭੁੱਲਰ, ਯਾਰ ਥੋੜ੍ਹੀ ਸ਼ਰਮ ਕਰੋ। ਪੰਜਾਬ ਨੇ, ਤੁਸੀਂ ਪਤਾ ਕਿਹੜੇ ਲੋਕ ਹੋ, ਤੁਹਾਨੂੰ ਪਿੰਡ ਦਾ ਕੋਈ ਮੈਂਬਰ ਵੀ ਨਹੀਂ ਸੀ ਚੁਣਨਾ ਚਾਹੁੰਦਾ, ਅਤੇ ਤੁਸੀਂ ਬਣ ਗਏ MLA ਮੰਤਰੀ। ਸੋ ਮੇਰੇ ਖਿਆਲ ਲੋਕਾਂ ਨੂੰ ਭਲੀ ਭਾਂਤ ਜਾਣੂ ਨੇ, ਜਿੰਨੀਆਂ ਮਰਜ਼ੀ ਕਿੱਕਲੀਆਂ ਸੁਣਾਈ ਜਾਓ, ਇਹ ਕਿੱਕਲੀਆਂ ਹੁਣ ਲੋਕਾਂ ਦਾ ਢਿੱਡ ਨਹੀਂ ਭਰਦੀਆਂ। ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਸਟੇਜ ਹੀ ਚਲਾ ਸਕਦਾ, ਸਟੇਟ ਨਹੀਂ ਚਲਾ ਸਕਦਾ, ਇਹ ਰਿਐਲਿਟੀ ਹੈ। ਸੁਖਬੀਰ ਬਾਦਲ ਸਾਹਿਬ ਨਾਲ ਬਾਈ ਕਿਵੇਂ ਤੁਹਾਡੀ ਲਿਹਾਜ਼ ਪੂਰੀ? ਦੇਖੋ ਮੈਂ ਗੱਲ ਕਹਿੰਦਾ ਪ੍ਰਧਾਨ ਸਾਹਿਬ ਦੀ, ਪ੍ਰਧਾਨ ਸਾਹਿਬ ਬੰਦਾ ਜੋ ਕਹਿਣੀ ਕਰਨੀ ਤਾਂ ਪੱਕਾ, ਮੈਂ ਆਈ ਲਵ ਮਾਈ ਪ੍ਰਧਾਨ ਸਾਹਿਬ, ਹੈ ਨਾ, ਕੁਛ ਮਰਜ਼ੀ ਹੋ ਜਾਵੇ ਪ੍ਰਧਾਨ ਦੇ ਨਾਲ ਹਿੱਕ ਠੋਕ ਕੇ ਖੜੇ ਹਾਂ। ਆਪਣੇ ਤੌਰ 'ਤੇ ਦਵਿੰਦਰ ਸਿੰਘ ਬੀਲਾ ਦੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ 'ਚ ਸਫ਼ਰ ਸ਼ੁਰੂ ਕੀਤਾ, ਔਰ ਮੈਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਉਣਾ, ਇਹਦੇ ਵਿੱਚ ਹੀ ਮੇਰਾ ਅੰਤ ਹੋਊਗਾ, ਮੈਂ ਕਿਤੇ ਜਾਂਦਾ ਨਹੀਂ। ਸ਼੍ਰੋਮਣੀ ਅਕਾਲੀ ਦਲ ਮੇਰੀ ਮਾਂ ਪਾਰਟੀ ਹੈ, ਇਹਦੇ ਵਿੱਚ ਹੀ ਰਹਿਣਾ। ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ, ਅੱਜ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ, ਭਾਵੇਂ ਆਹ ਝਾੜੂ ਵਾਲੇ ਆ, ਇਹਨਾਂ ਨੇ ਹੁਣ ਪਿੱਛੇ ਜੇ ਕਿਹਾ ਸੀਗਾ ਪਾਣੀ ਲਿਜਾਣ ਲਈ ਆ ਲਾਲਾ ਜੀ ਨੇ, ਕਿਉਂਕਿ ਹਰਿਆਣੇ 'ਚ ਵੀ ਚੋਣ ਲੜਨੀ ਹੈ, ਰਾਜਸਥਾਨ 'ਚ ਵੀ ਚੋਣ ਲੜਨੀ ਹੈ, ਦਿੱਲੀ ਵੀ ਚੋਣ ਲੜਨੀ ਹੈ,
ਇਹਨੇ ਭਗਵੰਤ ਮਾਨ ਕਹਿੰਦਾ ਪਟਵਾਰੀਆਂ ਨੂੰ, ਕਹਿੰਦਾ ਐਂ ਲਿਖ ਦਿਓ ਕਾਗਜ਼ਾਂ 'ਚ ਕਿ ਸਾਡੇ ਜਿਹੜਾ ਪਾਣੀ ਆ 100% ਟੇਲਾਂ ਤੱਕ ਪਹੁੰਚ ਗਿਆ, ਤਾਂ ਕਿ ਆਪਣਾ ਪੱਖ ਹੈ ਜਿਹੜਾ ਉਹ ਕਮਜ਼ੋਰ ਹੋ ਜਾਵੇ ਔਰ ਸੁਪਰੀਮ ਕੋਰਟ ਦੇ ਵਿੱਚ ਔਰ ਇਹ ਆਪਣਾ ਪਾਣੀ ਲਿਜਾਣ ਵਿੱਚ ਕਾਮਯਾਬ ਹੋ ਜਾਣ। ਇਹ ਹੋਣਾ ਨਹੀਂ। 250 ਪਟਵਾਰੀ ਨੇ ਅਸਤੀਫਾ ਦਿੱਤਾ, ਕਹਿੰਦੇ ਅਸੀਂ ਇਹ ਕੰਮ ਨਹੀਂ ਕਰਨਾ। ਬਾਅਦ 'ਚ ਇਹਨੇ ਉਹਨਾਂ ਨੂੰ ਸਸਪੈਂਡ ਕਰਤਾ। ਸੋ ਇਹ ਇਹੋ ਜਿਹੇ ਲੋਕ ਨੇ ਕਹਿਣੀ ਕਥਨੀ ਦੇ, ਇਹਨਾਂ ਦੀ ਜਿਹੜੀ ਤਲਵਾਰ ਹੈ, ਇਹਨਾਂ ਦਾ ਜਿਹੜਾ ਪਟਾ ਗਲ 'ਚ ਪਿਆ ਹੋਇਆ, ਇਹ ਸਾਰੇ ਡੌਗੀਜ਼ ਹੀ ਕਹੂੰ ਮੈਂ ਇਹਨਾਂ ਦੇ, ਇਹ ਉੱਥੋਂ ਚੱਲਦਾ, ਦਿੱਲੀ ਤੋਂ ਚੱਲਦਾ। ਹਾਂ ਬਾਈ, ਅਮਰੀਕਾ ਤੋਂ ਤੁਸੀਂ ਆਏ ਹੋ, ਤੁਹਾਡਾ ਤਗੜਾ ਕੰਮ ਆ ਉੱਥੇ ਟਰਾਂਸਪੋਰਟ ਦਾ, ਆਪ ਵੀ ਆਏ ਹੋ ਨਾਲ ਤਗੜੇ ਫੰਡ ਵੀ ਲੈ ਕੇ ਆਏ ਹੋ। ਜੇਕਰ ਫੰਡ ਤਾਂ ਚੱਲਦੇ ਰਹਿੰਦੇ ਜੀ, ਪਰ ਇੱਕ ਮੈਂ ਗੱਲ ਫਿਰ ਕਹਿ ਦਿੰਦਾ, ਮੈਂ ਨਾ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹਮੇਸ਼ਾ ਜਦੋਂ ਕਿਤੇ ਕੋਈ ਰੈਲੀ ਕਰਾਉਣੀ ਬਿੱਲੇ ਕੱਟ ਕਰਦੇ ਆਪਣੇ ਵਧੀਆ ਤਰੀਕੇ ਨਾਲ, ਅਤੇ ਮੈਂ ਕਹਿਣਾ ਪ੍ਰਧਾਨ ਜੀ ਕੋਈ ਗੱਲ ਨਹੀਂ ਜੀ, ਨਾਲ ਕਹਿਣਾ ਪੈਸਾ ਮੇਰਾ ਕੱਟ ਦੇ ਰਹਾ, ਤੂੰ ਆਪਣੇ ਵਰਕਰਸ ਨੂੰ ਲਾਮਬੰਦ ਕਰ, ਉਹਨਾਂ ਨੂੰ ਲਿਆਉਣ ਦਾ, ਉਹਨਾਂ ਨੂੰ ਜਿੱਥੇ ਵੀ ਕੋਈ ਬਣਦਾ ਜਿਹੜਾ ਸਤਿਕਾਰ ਆ ਦੇ, ਬਿਠਾ ਇਕੱਠ ਕਰ, ਮੈਂ ਆਊਂਗਾ, ਖਰਚਾ ਦੱਸ ਦੀ, ਪੈਸਾ ਮੈਂ ਦਊਂਗਾ। ਪ੍ਰਧਾਨ ਨੇ ਇੱਕ ਰੁਪਈਆ ਲਿਆ ਅੱਜ ਤੱਕ। ਪਰ ਪ੍ਰਧਾਨ ਸਾਹਿਬ ਨੂੰ ਬਾਰੇ ਐਵੇਂ ਗੱਲਾਂ ਹੁੰਦੀਆਂ ਕਿ ਹਵੇਲੀ 'ਚ ਹਿੱਸਾ ਜਾਂ ਦੀਪ ਢਾਬਾ ਆਪਣਾ ਉਹ 'ਚ ਹਿੱਸਾ ਗਾ, ਫਿਰ ਉਹ ਚੀਜ਼ਾਂ ਕੀ ਲੱਗਦਾ ਤੁਹਾਨੂੰ ਕਿਉਂ ਉੱਡਦੀਆਂ ਨੇ? ਇੱਕ ਨਾ ਇੰਗਲਿਸ਼ ਦੇ ਵਿੱਚ ਕਹਾਵਤ ਹੈ ਵੀ ਜੇ ਇੱਕ ਚੀਜ਼ ਨੂੰ ਆਪਾਂ ਵਾਰੀ ਵਾਰੀ ਰਿਪੀਟ ਕਰਾਂਗੇ, ਜੇ 200 ਵਾਰੀ ਰਿਪੀਟ ਕਰਦੀ ਹੈ ਨਾ, ਤਾਂ ਉਹ ਸੱਚ ਲੱਗਣ ਲੱਗ ਜਾਂਦੀ ਹੈ ਨਾ। ਹੁਣ ਇਹ ਭਗਵੰਤ ਮਾਨ ਅਤੇ ਜੁੰਡਲੀ ਨੇ, ਇਹਨਾਂ ਨੂੰ ਕਮੇਡੀ ਆਉਂਦੀ ਆ, ਇਹਨਾਂ ਨੂੰ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ। ਪ੍ਰਧਾਨ ਸਾਹਿਬ ਦੀ ਟਰਾਂਸਪੋਰਟ ਪੰਜਾਬ ਦੀ ਵੰਡ ਤੋਂ ਪਹਿਲਾਂ ਦੀ ਟਰਾਂਸਪੋਰਟ ਕੰਪਨੀ ਆ। ਸੋ ਮੈਂ ਗੱਲ ਕਹਿਣਾ ਹੁੰਦਾ ਕਿ ਜੇ ਸਾਡੇ ਵਰਗੇ 10 ਸਾਲ ਪਹਿਲਾਂ ਅਮਰੀਕਾ ਜਾ ਕੇ, 15 ਸਾਲ ਪਹਿਲਾਂ ਅਮਰੀਕਾ ਜਾ ਕੇ ਉੱਥੇ 20-25 ਟਰੱਕ ਪਾ ਸਕਦੇ ਆ, ਅਤੇ ਪ੍ਰਧਾਨ ਸਾਹਿਬ ਤਾਂ ਜੰਮੇ ਹੀ ਆਪਣਾ ਸੋਨੇ ਦਾ ਚਮਚਾ ਲੈ ਕੇ ਸੀਗੇ, ਹੈ ਨਾ। ਸੋ ਇਹ ਆਪਣੇ ਪੈਸੇ ਨੂੰ ਕਿਉਂ ਨਹੀਂ ਅੱਗੇ, ਕਿਉਂ ਹਰ ਵਪਾਰੀ ਵੱਧਦਾ, ਹੈ ਨਾ। ਇਹਨਾਂ ਦਾ ਪਤਾ ਨਹੀਂ ਕਿਉਂ ਕਿੱਥੋਂ ਗੱਲਾਂ ਕੱਢ ਕੇ ਲਿਆਉਂਦੇ ਨੇ ਬਿਨਾਂ ਫੇਮ ਫਸੂਲ ਦੀਆਂ ਗੱਲਾਂ। ਇਹ ਤਾਂ ਕਹਿੰਦਾ ਇਹਨਾਂ ਦਾ ਉਹ ਜਿਹੜਾ ਤਮਾਤਰ ਵਾਲਾ ਮੰਤਰੀ ਆ, ਉਹ ਕੁਲਦੀਪ ਧਾਲੀਵਾਲ, ਤਮਾਤਰ ਉਹ ਕਹਿੰਦਾ ਕਹਿੰਦਾ ਜੀ ਮੈਂ ਸੁੱਖ ਬਿਲਾਸ ਦੇ ਵਿੱਚ ਅਸੀਂ ਇੱਥੇ ਤਾਂ ਕਰਕੇ ਉਹ ਤਰਦਿਆਂ ਦੇ, ਹੋਇਆ ਤਾਂ ਕੁਛ ਹੈ ਨਹੀਂ ਗਾ ਯਾਰ, ਕਿਉਂ ਗੱਪਾਂ ਦਾ ਕੜਾ ਬਣਾਈ ਜਾਂਦੇ ਰਹਿੰਦੇ ਹੋ ਬਾਈ? ਜਿੰਨਾ ਖੁੱਲ੍ਹ ਕੇ ਬੋਲ ਰਹੇ ਹੋ, ਅਮਰੀਕਾ ਨਹੀਂ ਵਾਪਸ ਜਾ ਹੋਣਾ, ਸਰਕਾਰ ਬਹੁਤ ਦੇਖੀ। ਭਗਵੰਤ ਨੇ ਜਿਹੜਾ ਕਰਨਾ ਕਰ ਲਏ, ਇਹ ਸਦਾ ਮੈਂ ਪਹਿਲਾਂ ਵੀ ਕਿਹਾ, ਇਹ 2-2.5 ਸਾਲ ਹੀ ਰਹਿ ਗਏ ਵੋਟਾਂ 'ਚ, ਫਿਰ ਭਗਵੰਤ ਸਿੰਘ ਇਹ ਕਹਿੰਦੇ ਆ ਨਾ, ਜਿਹੜੀਆਂ ਹੱਥਾਂ ਨਾਲ ਦਿੱਤੀਆਂ ਹੁੰਦੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ, ਫਿਰ ਪੁੱਤ ਔਖਾ ਵਾ ਹੋਏਗਾ ਜੇ ਇੱਦਾਂ ਦਾ ਕੋਈ ਕੰਮ ਚੱਕਿਆ ਵੀ ਤਾਂ, ਜੱਟ ਖੜਾ ਇੱਥੇ। ਬਿਲਕੁਲ ਬਾਈ, ਬਠਿੰਡੇ ਤੁਹਾਡੀ ਮੋੜ ਹਲਕੇ 'ਚ ਖਾਸ ਕਰ ਡਿਊਟੀ ਲਾਈ ਹੈਗੀ, ਕੀ ਰਿਪੋਰਟ ਹੈ ਮੋੜ ਦੀ ਇਸ ਟਾਈਮ, ਸੀਟ ਦੀ ਕੀ ਰਿਪੋਰਟ? ਮੋੜ ਦੇ ਲੋਕ ਮੈਂ ਜਾਣਾ, ਕੱਲ੍ਹ ਮਜੀਠੀਆ ਸਾਹਿਬ ਨਾਲ ਸੀਗਾ, ਬੀਬਾ ਜੀ ਸੀਗੇ, ਉਸ ਤੋਂ ਅਗਲੇ ਦਿਨ ਸਰਦਾਰ ਜਨਮੇਜਾ ਸਿੰਘ ਜੀ ਸੇਖੋ ਸਾਹਿਬ ਸੀਗੇ। ਲੋਕ ਅੱਜ ਰੋਂਦੇ ਨੇ, ਕਹਿੰਦੇ ਅਸੀਂ ਬਹੁਤ ਵੱਡਾ ਇੱਕ ਜਿਹੜਾ ਗਲਤ ਫੈਸਲਾ ਲਿਆ ਸੀ 17 'ਚ ਝਾੜੂ ਨੂੰ ਜਿਤਾ ਕੇ, ਫਿਰ 22 'ਚ, ਕਹਿੰਦੇ ਜਨਮੇਜਾ ਸਿੰਘ ਸੇਖੋਂ ਇਹਨੇ ਸੜਕਾਂ ਕੱਢਤੀਆਂ ਸੀ, ਕੜੈਲਾ ਕੜੈਲੀ ਤੋਂ ਲੈ ਕੇ ਤਾਪਾ ਇੱਧਰ ਮੋੜ ਤੱਕ 18 ਪੁੱਟੀਆਂ ਸੜਕਾਂ, ਕੋਈ ਸੜਕ ਨਹੀਂ ਇੱਥੇ ਜਿਹੜੀ ਨਾ ਬਣੀ ਹੋਵੇ। ਔਰ ਹੁਣ ਹਾਲ ਦੇਖਦਾ, 8 ਸਾਲ ਹੋ ਗਏ ਪਾਵਰ 'ਚੋਂ ਬਾਹਰ ਹੋਏ ਨੂੰ ਆਹ ਸੀਟ 'ਤੇ, ਹੁਣ ਟੁੱਟਣੀਆਂ ਸ਼ੁਰੂ ਹੋ ਗਈਆਂ ਕਿਉਂ ਕਿਸੇ ਨੇ ਪੈਚ ਵਰਕ ਵੀ ਨਹੀਂ ਕੀਤਾ। ਔਰ ਲੋਕ ਕਹਿੰਦੇ ਨੇ ਇਹ ਮਸ਼ਹੂਰ ਆ ਲੋਕਾਂ 'ਚ ਗੱਲਾਂ ਨੇ, ਇਹ ਕਹਿੰਦੇ ਟਿੱਬਿਆਂ 'ਤੇ ਪਾਣੀ ਚੜ੍ਹਨ ਵਾਲਾ ਮੰਤਰੀ ਆ, ਇਹ ਉਹ ਮੰਤਰੀ ਆ ਜਦੋਂ ਜਾਂਦੇ ਸੀ ਇਹ ਕਹਿੰਦਾ ਸੀ ਕੰਮ ਸ਼ੁਰੂ ਕਰੋ, ਉਹ ਕਹਿੰਦੇ ਸੀ ਜੀ ਅਪਰੂਵਲ, ਉਹ ਅਪਰੂਵਲ ਕਹਿੰਦਾ ਆਉਂਦੀ ਰਹੂ, ਤੁਸੀਂ ਕੰਮ ਸ਼ੁਰੂ ਕਰੋ। ਇਹ ਬੰਦਾ ਤੱਕੜ ਬੰਦਾ, ਇੱਥੇ ਲੋਕ ਮਿਸ ਕਰਦੇ ਨੇ ਬਾਈ। ਜਿਵੇਂ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਪੰਥਕ ਪਾਰਟੀ ਵੀ ਇਹਨੂੰ ਕਹਿੰਦੇ ਹੈਗੇ, ਪਰ ਪੰਥਕ ਲਹਿਰ ਉਹ ਕਿਸੇ ਹੋਰ ਉਮੀਦਵਾਰਾਂ ਦੀ ਬਣ ਰਹੀ, ਹੁਣ ਲੱਗਦਾ ਕਿ ਪੰਥਕ ਕ੍ਰੈਡੀਬਿਲਟੀ ਜਿਹੜੀ ਹੈ ਉਹ ਅਕਾਲੀ ਦਲ ਦੇ ਹੱਥੋਂ ਖਿਸਕ ਰਹੀ ਹੈ, ਤਾਂ ਹੀ ਤਾਂ ਸਿਮਰਜੀਤ ਮਾਨ ਵਰਗੇ ਜਾਂ ਕਹਿ ਲਈਏ ਅੰਮ੍ਰਿਤਪਾਲ ਵਰਗੇ, ਇੱਧਰੋਂ ਸਰਬਜੀਤ ਖਾਲਸਾ, ਪੰਥਕ ਲਹਿਰ ਉਹਨਾਂ ਦੇ ਹਿੱਸੇ ਦੀ ਬਣ ਰਹੀ, ਅਕਾਲੀ ਦਲ ਦੇ ਹਿੱਸੇ ਦੀ ਨਹੀਂ ਬਣ ਰਹੀ। ਨਹੀਂ ਦੇਖੋ, ਦੋ ਤਰ੍ਹਾਂ ਦੀ ਗੱਲ ਹੈਗੀ ਇੱਥੇ, ਮੈਂ ਕਹੂੰਗਾ
ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਲਈ ਪਤਾ ਕੀ ਇੰਪੋਰਟੈਂਟ ਹੈ, ਜਦੋਂ ਸਰਕਾਰ ਬਣਦੀ ਹੈ ਸਰਕਾਰ ਨੇ ਅਮਨ ਸ਼ਾਂਤੀ ਭਾਈਚਾਰਕ ਜਿਹੜੀ ਸਾਂਝ ਆ ਉਹ ਕਾਇਮ ਰੱਖਣੀ ਹੁੰਦੀ ਹੈ, ਹੈ ਨਾ ਜੀ। ਕੋਈ ਵੀ ਜਿਹੜੀ ਹਾਰਡ ਵਿੰਗ ਹੈਗੀ ਹੈ, ਚਾਹੇ ਉਹ ਸਿੱਖਿਜ਼ਮ ਦੇ ਵਿੱਚ ਹੈ, ਹਿੰਦੂਇਜ਼ਮ 'ਚ ਹੈ, ਮੁਸਲਿਮ ਦੇ ਵਿੱਚ ਹੈ, ਕ੍ਰਿਸਚੈਨਿਟੀ ਜਾਂ ਕਿਸੇ ਵੀ ਧਰਮ 'ਚ ਹੈ, ਜਿਹੜੀ ਹਾਰਡ ਇੱਕ ਵਿੰਗ ਹੁੰਦੀ ਹੈ ਉਹਨਾਂ ਦੀ ਇੱਕ ਆਪਣੀ ਥਿੰਕਿੰਗ ਹੁੰਦੀ ਹੈ, ਧਾਰਾ ਹੁੰਦੀ ਹੈ, ਹੈ ਨਾ। ਕੁਛ ਲੋਕ ਉਹਦੇ ਨਾਲ ਚੱਲਦੇ ਹੈ, ਕੁਛ ਨਹੀਂ ਚੱਲਦੇ। ਪਰ ਜਦੋਂ ਤੁਸੀਂ ਸਰਕਾਰ ਚਲਾਉਣੀ ਹੁੰਦੀ ਹੈ, ਸੂਬਾ ਚਲਾਉਣਾ ਹੁੰਦਾ, ਦੇਸ਼ ਚਲਾਉਣਾ ਹੁੰਦਾ, ਤੁਹਾਨੂੰ ਹਰ ਵਰਗ ਨੂੰ ਨਾਲ ਲੈ ਕੇ ਚੱਲਣਾ ਪੈਂਦਾ, ਤੁਸੀਂ ਫਿਰ ਉੱਥੇ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਹੁੰਦਾ, ਉਹਨੂੰ ਬੈਲੈਂਸ ਬਣਾ ਕੇ ਚੱਲਣਾ ਹੁੰਦਾ। ਪਰ ਉਹ ਕਹਿ ਰਹੇ ਕਿ ਅਸੀਂ ਹਲੀਮੀ ਰਾਜ ਦਾ ਕਨਸੈਪਟ ਲੈ ਕੇ ਆਏ ਹਾਂ, ਜਿਹ 'ਚ ਭਾਈਚਾਰਾ ਵੀ ਹੋਊਗਾ, ਕਿਉਂਕਿ ਪੰਥ ਜਾਂ ਪੰਥ ਦੇ ਲਈ ਸਿਆਸਤ ਹੁਣ ਤੱਕ ਅਕਾਲੀ ਦਲ ਦੇ ਹਿੱਸੇ ਰਹੀ ਹੈਗੀ। ਹੁਣ ਲੱਗਦਾ ਕਿ 2027 ਦੀ ਜਿਹੜੀ ਨੀਂਹ ਰੱਖੀ ਜਾ ਰਹੀ ਉੱਧਰ ਪੰਥਕ ਲਹਿਰਾਂ ਵੱਲੋਂ, ਤੁਹਾਡੇ ਲਈ ਉਹ ਸਿਰਦਰਦ ਬਣ ਸਕਦੀ? ਨਹੀਂ, ਸਿਰਦਰਦ ਦੀ ਗੱਲ ਨਹੀਂ ਹੈਗੀ ਇੱਥੇ। ਮੈਂ ਪਹਿਲਾਂ ਵੀ ਕਿਹਾ, ਹਰ ਧਰਮ ਦੇ ਵਿੱਚ ਹਾਰਡ ਵਿੰਗ ਵੀ ਹੁੰਦੀ ਹੈ ਔਰ ਇੱਕ ਸਰਕਾਰ ਵੀ ਚਲਾਉਣ ਵਾਲੀ ਵਿੰਗ ਹੁੰਦੀ ਹੈ। ਸੋ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਪਹਿਲਾਂ ਆਪਣੇ ਪੰਜਾਬ ਦੇ ਹਿੱਤ ਪਿਆਰੇ ਨੇ। ਅਸੀਂ ਕਿਸੇ ਵੀ ਕੀਮਤ 'ਤੇ ਨਹੀਂ ਚਾਹੁੰਦੇ ਵੀ ਪੰਜਾਬ ਦਾ ਕੋਈ ਇਹੋ ਜਿਹਾ ਮਾਹੌਲ ਬਣੇ, ਜਿਵੇਂ ਦੇਖੋ ਸੈਂਟਰ ਨੇ ਤਾਂ ਪਹਿਲਾਂ ਹੀ ਸਾਡੇ ਬੱਚੇ ਪਹਿਲਾਂ 90-91-92 'ਚ ਖਾੜਕੂਵਾਦ ਲਹਿਰ 'ਚ ਮਾਰੇ, ਫਿਰ ਆਪਣਾ ਅਟੈਕ ਵੀ ਹੋਇਆ, ਹੈ ਨਾ। ਔਰ ਉਸ ਤੋਂ ਬਾਅਦ ਹੁਣ ਨਸ਼ਿਆਂ ਦਾ ਹੜ ਵਗ ਰਿਹਾ ਹੈਗਾ, ਹੈ ਨਾ। ਜੋਬ ਹੈ ਨਹੀਂ ਕਿ ਬੱਚੇ ਬਾਹਰ ਜਾ ਰਹੇ ਨੇ। ਮੈਂ ਤਾਂ ਚਿੰਤਾ ਦਾ ਵਿਸ਼ਾ ਇਹ ਹੈ ਕਿ ਕਈ ਬੰਦੇ ਕਹਿੰਦੇ ਜੀ ਮੈਨੂੰ ਇੱਕ ਮੁੰਡਾ ਜਹਾਜ਼ 'ਚ ਆਇਆ, ਕਹਿੰਦਾ ਜੀ ਮੈਂ ਜਲੰਧਰ ਸਾਈਡ ਦਾ, ਮੇਰੇ ਪਿੰਡ ਦਾ ਨਾਂ ਵੱਧ ਹੈ। ਮੈਂ ਕਿਹਾ ਅੱਛਾ ਜੀ, ਕਿੰਨਾ ਕੁ ਵੱਧ ਗਿਆ? ਕਹਿੰਦਾ ਨਾ ਹੀ ਵੱਧ ਹੈ, ਘੱਟ ਗਿਆ। ਮੈਂ ਕੀ ਹੋ ਗਿਆ? ਕਹਿੰਦਾ ਮੈਂ 3 ਸਾਲਾਂ ਬਾਅਦ ਆਇਆ, ਮੇਰੇ ਕੋਲ 10-12 ਘਰਾਂ ਦੀਆਂ ਚਾਬੀਆਂ। ਉਹ ਕਹਿੰਦੇ ਯਾਰ ਸਾਨੂੰ 4-4 ਸਾਲ ਹੋ ਗਏ ਗਿਆ ਨੂੰ, ਪਤਾ ਨਹੀਂ ਜਰ ਲੱਗੀ ਹੋਈ ਜਾਂ ਕੀ ਹੋਊ, ਇੱਕ ਵਾਰ ਯਾਰ ਘਰ ਨੂੰ ਸਾਰਾ ਖੋਲ੍ਹ ਕੇ ਧਵਾ ਕੇ ਸਾਫ਼ ਹੀ ਕਰਾ ਦੀ, ਚੱਲ ਜੇ ਕਦੇ ਅਸੀਂ ਗਏ। ਸੋ ਇਹੋ ਜਿਹੇ ਹਾਲਾਤ ਪੰਜਾਬ ਦੇ ਆ। ਸੋ ਇਹਦੇ ਲਈ ਮੈਂ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕਰੂੰਗਾ, ਕੀਤੀ ਵੀ ਸੀਗੀ, ਕਿ ਵਾਹਿਗੁਰੂ ਕਰੇ ਆਪਣੀ ਸਰਕਾਰ ਆਵੇ, ਆਪਾਂ ਬੱਚਿਆਂ ਨੂੰ ਇੱਥੇ ਰੱਖੀਏ। ਘੱਟੋ ਘੱਟ ਜਿਹੜੇ ਦੇਸ਼ ਦੇ ਕੋਲ ਜਵਾਨੀ ਨਹੀਂ ਹੁੰਦੀ, ਉਹ ਦੇਸ਼ ਅਪਾਹਜ ਹੋ ਕੇ ਖਤਮ ਹੋ ਜਾਂਦਾ। ਕੀ ਕਨਸੈਪਟ ਤੁਹਾਡੇ ਕੋਲ, ਮਾਡਲ ਕੀ ਆ ਵੀ ਪੰਜਾਬ ਦੀ ਜਵਾਨੀ ਬਾਹਰ ਨਾ ਜਾਵੇ? ਤੁਸੀਂ ਤਾਂ ਆਪ ਬਾਹਰ ਗਏ ਹੋਏ ਹੋ। ਨਹੀਂ ਦੇਖੋ, ਮੈਂ ਤਾਂ ਬਾਹਰ ਗਿਆ ਉਹਨਾਂ ਹਾਲਾਤਾਂ 'ਚ ਗਿਆ, ਜਦੋਂ ਖਾੜਕੂਵਾਦ ਆਇਆ ਸੀ, ਮੇਰੇ ਪਿਤਾ ਜੀ ਨੂੰ ਜਾਣਾ ਪੈ ਗਿਆ, ਹੈ ਨਾ, ਤਾਂ ਕਰਕੇ ਗਿਆ। ਪਰ ਮੈਂ ਜੇ ਮੈਨੂੰ ਪੰਜਾਬ ਨਾਲ ਪਿਆਰ ਨਾ ਹੁੰਦਾ ਤਾਂ ਮੈਂ ਅੱਜ ਨੂੰ ਕਲੀਨ ਸ਼ੇਵ ਹੁੰਦਾ, ਵਾਲ ਕੱਟੇ ਹੁੰਦੇ ਅਤੇ ਕੁੜਤਾ ਪਜਾਮਾ ਪੱਗ ਨਾ ਰੱਖਦਾ, ਹੈ ਨਾ। ਮੈਨੂੰ ਪੰਜਾਬ ਨਾਲ ਪਿਆਰ ਆ, ਮੈਂ ਇੱਥੇ ਤਾਂ ਸ਼ਿਫਟ ਹੋਣ ਦੀਆਂ ਕੋਸ਼ਿਸ਼ ਕਰ ਰਿਹਾ। ਉਹਦੇ ਲਈ ਤਾਂ ਨਾ ਜਦੋਂ ਪਰਿਵਾਰ ਅਤੇ ਬੱਚੇ ਹੋਣ ਥੋੜ੍ਹਾ ਹਾਰਡ ਹੋ ਜਾਂਦਾ, ਕਿਉਂਕਿ ਮੈਨੂੰ ਇਹ ਕਿ ਘੱਟੋ ਘੱਟ ਸਾਡੇ ਕੋਲ ਕੋਈ ਇੱਕ ਜ਼ਰੀਆ ਹੋਵੇ ਕਿ ਮੈਂ ਆਪਣੀ ਫੈਮਿਲੀ ਨੂੰ ਦੱਸ ਸਕਾਂ ਕਿ ਦੇਖੋ ਪੰਜਾਬ ਨੇ ਸੇਵਾ ਬਖਸ਼ੀ ਹੈ, ਮੈਂ ਉੱਥੇ ਹੁਣ ਰਹਿਣਾ ਚਾਹੁੰਦਾ, ਪਲੀਜ਼ ਆ ਜਾਓ ਮੇਰੇ ਨਾਲ ਚੱਲੋ। ਪੰਜਾਬੀ ਡਾਇਸਪੋਰਾ ਐਨਆਰਆਈਜ਼ ਸੁਖਬੀਰ ਬਾਦਲ ਨੂੰ ਕਰ ਰਹੇ ਨੇ ਪਸੰਦ ਵਾਪਸ? ਹੁਣ ਕਰ ਰਹੇ ਨੇ, ਹੁਣ ਦੇਖੋ ਕਹਿੰਦੇ ਸਾਡੇ 'ਚ ਵੀ ਗਲਤੀ ਹੋਈਆਂ, ਕਹਿੰਦੇ ਅਸੀਂ ਯਾਰ ਗੱਲਾਂ 'ਚ ਆ ਗਏ ਸੋਸ਼ਲ ਮੀਡੀਆ 'ਤੇ ਨਾ। ਅਸਲ 'ਚ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਬਹੁਤ ਵੱਡੀ ਘਾਟ ਆ, ਉਹ ਅੱਜ ਵੀ ਆ। ਸ਼੍ਰੋਮਣੀ ਅਕਾਲੀ ਦਲ ਸੋਸ਼ਲ ਮੀਡੀਆ 'ਤੇ ਆਪਣੀਆਂ ਪ੍ਰਾਪਤੀਆਂ ਨਹੀਂ ਦੱਸ ਰਿਹਾ, ਜਿਹੜੇ ਵਿਰੋਧੀ ਬੋਲਦੇ ਆ ਉਹਨਾਂ ਦੀ ਮੂੰਹ ਨਹੀਂ ਚੁੱਪ ਕਰਾ। ਜਿਵੇਂ ਪਹਿਲਾਂ ਕਿਹਾ ਕਿ ਜਦੋਂ ਕੋਈ ਝੂਠ ਬੋਲੇ ਤੁਸੀਂ ਉਹਨੂੰ ਕਾਊਂਟਰ ਨਾ ਕਰੋ ਤਾਂ ਉਹ ਸੱਚ ਲੱਗ ਜਾਂਦਾ, ਹੈ ਨਾ। ਦੇਖੋ ਕਿੱਡੇ ਕਿੱਡੇ ਇਲਜ਼ਾਮ ਲਾਤੇ, ਮੈਂ ਉਹਨਾਂ 'ਚ ਨਹੀਂ ਜਾਂਦਾ, ਕਿੱਡੇ ਕਿੱਡੇ ਇਲਜ਼ਾਮ ਲਾਏ ਨੇ। ਹੁਣੀ ਤੁਸੀਂ ਕਿਹਾ ਸੀ ਕਿ ਢਾਬਿਆਂ 'ਚ ਹਿੱਸਾ, ਇੱਕ ਦਿਨ ਸੁਖਵੀਰ ਜੀ ਵੀ ਇੰਟਰਵਿਊ ਦਿੰਦੇ ਸੀ, ਕਹਿੰਦੇ ਯਾਰ ਮੈਂ ਢਾਬਿਆਂ 'ਚ ਹਿੱਸਾ ਪਾਊਂਗਾ, ਹੈ ਨਾ। ਕਹਿੰਦੇ ਯਾਰ ਥੋੜ੍ਹੀ ਸੋਚਣ ਬੋਲਣ ਲੱਗੇ ਸੋਚ ਤਾਂ ਲਿਆ ਕਰੋ। ਸੋ ਗੱਲ ਇਹ ਆ ਕਿ ਪੰਜਾਬੀ ਜਿਹੜੇ ਉੱਧਰਲੇ ਆ ਅਵੇਅਰ ਹੋ ਗਏ ਆ, ਪਤਾ ਲੱਗਣ ਲੱਗ ਗਿਆ। ਔਰ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਆਪਣਾ ਆਈਟੀ ਸੈੱਲ ਨੂੰ ਕਾਇਮ ਕਰੋ। ਤੁਸੀਂ ਤਾਂ ਮੈਂ ਕਿਹਾ 95 ਕੰਮ ਕੀਤੇ ਆ ਪੰਜਾਬ 'ਚ, 100 ਦੇ ਵਿੱਚੋਂ 5 ਕਾਂਗਰਸ ਨੇ ਕੀਤੇ ਆ, ਆ ਝਾੜੂ ਨੇ ਤਾਂ ਕੀਤੇ ਹੀ ਕੁਛ ਨਹੀਂ। ਇਹਨੇ ਤਾਂ ਸਿਰਫ ਆਪਣੀਆਂ ਸ਼ਾਦੀਆਂ ਕਰਾਈਆਂ, 2-2 ਸ਼ਾਦੀਆਂ, ਹੁਣ ਬੱਚੇ ਫਿਰ ਉਹਦੀਆਂ ਲੋਹੜੀਆਂ ਮਨਾਉਣਗੇ, ਜਿਹੜੇ ਰਹਿ ਗਏ ਉਹ ਕੁਛ ਕਿਸਮ 'ਚ ਹੋਰ ਸ਼ਾਦੀਆਂ ਕਰਾ ਲੈਣਗੇ। ਸੋ ਇਹ ਇਹਨਾਂ ਦੀ ਪ੍ਰਾਪਤੀ ਹੈ ਬਈ। ਕੁਛ ਤਾਂ ਕਾਰਨ ਹੈ ਪਾਰਟੀ 'ਚ, ਅੰਮ੍ਰਿਤਸਰੋਂ ਮਜੀਠੀਆ ਸਾਹਿਬ ਦੇ ਖਾਸਮ ਕਲੱਬ ਦਾ ਲੁੱਗੀ ਤਲਵੀਰ ਗਿੱਲ ਭੱਜੇ ਨੇ,
ਇੱਧਰੋਂ ਕੈਰੋਂ ਸਾਹਿਬ ਨੂੰ ਅਨੁਸ਼ਾਸਨ ਦਾ ਕਹਿ ਕੇ ਪਾਰਟੀ 'ਚੋਂ ਕੱਢ ਦਿੱਤਾ ਹੈਗਾ, ਵੱਡੇ ਵੱਡੇ ਚਿਹਰੇ ਪਾਰਟੀ 'ਚੋਂ ਰੁਖਸਤ ਹੋ ਰਹੇ ਜਾਂ ਕੱਢੇ ਜਾ ਰਹੇ ਗੇ। ਦੇਖੋ ਵੱਡਾ ਲੱਗਦਾ ਵੀ ਕੈਰੋਂ ਉਹਨਾਂ ਦਾ ਪਾਰਟੀ 'ਚੋਂ ਕੱਢਣਾ ਕਿਤੇ ਨਾ ਕਿਤੇ ਗਲਤ ਡਿਸੀਜ਼ਨ ਹੈ। ਆਪਾਂ ਦੇਖੋ ਵੱਡੇ ਛੋਟੇ ਚਿਹਰੇ ਸਾਰੇ ਹੀ ਹੁੰਦੇ ਨੇ, ਹੈ ਨਾ ਜੀ। ਤਲਵੀਰ ਸਿੰਘ ਗਿੱਲ ਦੀ ਜਿੱਥੇ ਗੱਲ ਆ, ਉਹ ਤਾਂ ਪਰਸਨਲ ਮੇਰੇ ਖਿਆਲ ਮਜੀਠੀਆ ਸਾਹਿਬ ਨਾਲ ਹੋਈ ਆ। ਉਹ ਬਹੁਤ ਟਾਈਮ ਤੋਂ ਲੱਤਾਂ ਪੈਰਾਂ 'ਚ ਮਾਰ ਰਿਹਾ ਸੀ, ਉਹ ਤੀਜੇ ਦਿਨ ਧਮਕੀ ਦੇਣਾ ਜਾਂਦਾ ਸੀ, ਮੈਂ ਕਰ ਦੂੰ ਉਹ ਕਰ ਦੂੰ। ਫਿਰ ਨਾ ਜਦੋਂ ਤੁਸੀਂ ਬਾਹਲਾ ਇੱਦਾਂ ਕਰੋ, ਅਗਲਾ ਯਾਰ ਤੂੰ ਕਰੀ ਦੇ ਜਾ ਯਾਰ, ਕਿੰਨੇ ਵਾਰੀ ਤੈਨੂੰ ਹੁਣ ਮਨਾਈਏ। ਬਣਾਉਣ ਦਾ ਹੁੰਦਾ, ਤੁਸੀਂ ਕਦੇ 25 ਸਾਲੀ ਕੋਈ ਗਲਤੀ ਹੋ ਗਈ, ਤੁਸੀਂ ਜਾ ਕੇ ਬਹਿ ਗਏ, ਉਹ ਤਾਂ 5 ਦਿਨਾਂ ਬਾਅਦ ਹੀ ਕੋਈ ਨਾ ਕੋਈ ਕੱਢ ਲਿਆਉਂਦਾ ਸੀ। ਸੋ ਚਲੋ ਉਹ ਗਏ ਨੇ, ਉਹਨਾਂ ਨੂੰ ਜਿੱਥੇ ਵੀ ਉਹ ਵਧੀਆ ਰਹਿਣ। ਔਰ ਜਿੱਥੋਂ ਤੱਕ ਗੱਲ ਹੈਗੀ ਹੈ ਕੈਰੋਂ ਸਾਹਿਬ ਦੀ, ਦੇਖੋ ਪਾਰਟੀ ਲਈ ਜਿਹੜੀ ਅਨੁਸ਼ਾਸਨ ਆ ਉਹ ਸਭ ਤੋਂ ਪਹਿਲਾਂ, ਚਾਹੇ ਉਹ ਕੈਰੋਂ ਸਾਹਿਬ ਹੈ, ਚਾਹੇ ਉਹ ਦਵਿੰਦਰ ਸਿੰਘ ਬਿੱਲ ਹੈ, ਚਾਹੇ ਉਹ ਦਰੀਆਂ ਵਿਛਾਉਣ ਵਾਲਾ, ਚਾਹੇ ਉਹ ਮੰਤਰੀ ਹੈ ਜਾਂ ਸਾਬਕਾ ਮੰਤਰੀ ਹੈ, ਜੇ ਅਨੁਸ਼ਾਸਨ ਦੇ ਵਿੱਚ ਜਿਹੜਾ ਨਹੀਂ ਰਹੂਗਾ, ਮੇਰੇ ਖਿਆਲ ਫਿਰ ਉਹਨੂੰ ਜਿਹੜੀ ਕਾਰਵਾਈ ਉਹਦਾ ਸਾਹਮਣਾ ਤਾਂ ਕਰਨਾ ਪਊਗਾ। ਵੀਰੇ ਬਠਿੰਡੇ ਤੋਂ ਤੁਸੀਂ ਬੀਬਾ ਬਾਦਲ ਲਈ ਪ੍ਰਚਾਰ ਕਰ ਰਹੇ ਹੋ, ਕੀ ਲੱਗਦਾ ਕਿ ਲੱਖਾ ਸਿਧਾਣਾ ਕਿੰਨੀਆਂ ਵੋਟਾਂ ਲੈ ਜਾਣਗੇ? ਲੱਖਾ ਸਿਧਾਣਾ ਜੀ, ਦੇਖੋ ਉਹਨਾਂ ਦੀ ਕੋਈ ਆਪਣੇ ਨੌਜਵਾਨ ਕੁਛ ਹੈਗੇ ਨੇ ਉਹਨਾਂ ਨਾਲ, ਉਹ ਇੱਥੋਂ ਵੀ ਲੜੇ ਨੇ ਮੇਰੇ ਖਿਆਲ 2-3 ਵਾਰੀ ਲੜ ਚੁੱਕੇ ਨੇ, ਤੋ ਉਹਨਾਂ ਦੀ ਵੋਟ ਪਰਸੈਂਟੇਜ ਘੱਟ ਹੀ ਹੁੰਦੀ ਹੈ, ਹੈ ਨਾ। ਸੋ ਚਲੋ ਉਹਨਾਂ ਨੂੰ ਵੀ ਹੈਗਾ ਹੱਕ ਲੜਨ ਦਾ, ਇਹ ਡੈਮੋਕ੍ਰੇਸੀ ਆ, ਉਹਨਾਂ ਨੂੰ ਲੜਨ ਦਿਓ। ਪਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵੋਟ ਹੈਗੀ ਆ, ਸ਼੍ਰੋਮਣੀ ਅਕਾਲੀ ਦਲ ਦੀ ਵੋਟ ਪਹਿਲਾਂ ਨਾਲੋਂ ਵਧੀ ਹੈ, ਕਿਉਂਕਿ ਜਿਹੜਾ ਝਾਂਸਾ ਹੁਣੀ ਧੋਖਾ ਖਾ ਕੇ ਹਟੇ ਨੇ। ਅਸੀਂ ਬੀਬੀਆਂ ਨੂੰ ਵੀ ਕਿਹਾ, ਤੁਸੀਂ ਕਹਿੰਦੇ ਵੋਟ ਵਧੀ, ਪਰ ਰਾਜਾ ਵੜਿੰਗ ਕਹਿ ਦਿੰਦੇ, ਕਹਿੰਦੇ ਮੇਰੀ ਜੋ ਰਿਪੋਰਟ ਆ, ਕਹਿੰਦੇ ਕਿ ਬਠਿੰਡੇ ਤੋਂ ਹਾਰ ਰਹੇ ਆ ਅਕਾਲੀ ਦਲ ਵਾਲੇ, ਕਿਉਂਕਿ ਖੁੱਡੀਆਂ ਵੀ ਬਹੁਤ ਤਕੜੇ ਤਰੀਕੇ ਨਾਲ ਖੇਡ ਰਹੇ ਹੋ। ਮੈਨੂੰ ਲੱਗਦਾ ਰਾਜਾ ਵੜਿੰਗ ਜੀ ਆਪਣੀ ਸੀਟ 'ਤੇ ਫੋਕਸ ਕਰ ਲੈਣ, ਉਹਨਾਂ ਦੇ ਕਮਲਜੀਤ ਸਿੰਘ ਬਰਾੜ ਉਹਨਾਂ ਦੀ ਪਾਰਟੀ ਦੇ ਜਿਹੜੇ ਛੱਡ ਕੇ ਗਏ ਨੇ, ਮਿਨਿਸਟਰ ਵੀ ਰਹੇ ਨੇ ਉਹਦੇ ਪਿਤਾ ਜੀ, ਉਹ ਛੱਡ ਕੇ ਗਏ ਨੇ, ਅਤੇ ਮੈਂ ਚਾਹੁੰਦਾ ਕਿ ਰਾਜਾ ਵੜਿੰਗ ਆਪਣੇ ਉਹਨਾਂ 'ਤੇ ਫੋਕਸ ਕਰ। ਬਠਿੰਡਾ ਦੂਰ ਹੈ, ਉੱਥੇ ਤੁਸੀਂ ਜਿੱਤਣ ਦੀ ਕੋਸ਼ਿਸ਼ ਕਰੋ। ਉੱਥੇ ਅੱਜ ਮੈਂ ਉੱਥੋਂ ਹੀ ਆਇਆ ਚੈੱਕਅਪ ਕਰਾ ਕੇ, ਕੋਈ ਬਾਹਲੀ ਵਧੀਆ ਰਿਪੋਰਟ ਨਹੀਂ ਹੈਗੀ। ਲੱਗਦਾ ਰਾਜਾ ਵੜਿੰਗ ਨਹੀਂ ਜਿੱਤ ਰਹੇ? ਜਿਹੜੀ ਅੱਜ ਦੀ ਰਿਪੋਰਟ ਆ, ਉਹ ਕਹਿੰਦੇ ਕਮਲਜੀਤ ਬਰਾੜ ਆ ਜਿਹੜਾ, ਉਹ ਇਹਦੇ ਜੜੀ ਬੈਠੂਗਾ, ਜਿਹੜੀ ਰਿਪੋਰਟ ਆਈ ਹੈ ਜੀ। ਕੀ ਕਹਿਣਾ ਚਾਹੁੰਦੇ ਹੋ ਬਾਈ, ਅਮਰੀਕਾ ਛੱਡ ਕੇ ਆ ਗਿਆ ਅਕਾਲੀ ਦਲ ਵਾਸਤੇ, ਜਿਹੜੇ ਪੰਜਾਬੀ ਤੁਹਾਨੂੰ ਦੇਖ ਰਹੇ ਨੇ 1 ਤਰੀਕ ਨੂੰ ਵੋਟਾਂ ਆਈਆਂ, ਕੀ ਕਹਿੰਦੇ ਹੋ? ਮੈਂ ਤਾਂ ਇਹੀ ਕਹੂੰਗਾ ਕਿ ਦੇਖੋ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਨੇ, ਹੈ ਨਾ। ਕੁਛ ਗਲਤੀਆਂ ਛੋਟੀਆਂ ਹੁੰਦੀਆਂ ਨੇ, ਕੁਛ ਵੱਡੀਆਂ ਹੁੰਦੀਆਂ ਨੇ। ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉਹਨਾਂ ਨੇ ਖੁਦ ਕਿਹਾ ਕਿ ਹਾਂ ਜੇ ਗਲਤੀਆਂ ਹੋਈਆਂ ਅਸੀਂ ਮਾਫ਼ੀ ਮੰਗਦੇ ਹਾਂ। ਔਰ ਪੰਜਾਬੀ ਤਾਂ ਬੜੇ ਦਰਿਆਦਲ ਹੁੰਦੇ ਨੇ, ਹੈ ਨਾ। ਪਰ ਅੱਜ ਕਹਿਣੀ ਚਾਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਖੇਤਰੀ ਪਾਰਟੀ ਹੈ ਜਿਹਨੇ ਸਿਰਫ ਪੰਜਾਬ 'ਚ ਹੀ ਚੋਣਾਂ ਲੜਨੀਆਂ, ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਹੈ। ਆਪਾਂ ਬੀਜੇਪੀ ਨਾਲ ਕਿਉਂ ਨਹੀਂ ਐਤਕੀ ਸਾਂਝ ਪਾਈ? ਉਹ ਕੁਛ ਗੱਲਾਂ ਇੱਦਾਂ ਦੀਆਂ ਕਰਦੇ ਸੀ ਜਿਹੜੀਆਂ ਪੰਜਾਬ ਦੇ ਹੱਕਾਂ ਵਿੱਚ ਨਹੀਂ ਸਨ। ਔਰ ਪ੍ਰਧਾਨ ਨੇ ਕਹਿਤਾ ਯਾਰ ਅਸੀਂ ਭਾਵੇਂ 27 'ਚ ਵੀ ਨਾ ਆਈਏ, ਅਸੀਂ ਭਾਵੇਂ 32 'ਚ ਵੀ ਨਾ ਆਈਏ, ਅਸੀਂ ਭਾਵੇਂ ਆਈਏ ਹੀ ਨਾ, ਪਰ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ ਦੇ ਨਾਲ ਪੰਜਾਬ ਦੇ ਹੱਕਾਂ ਨਾਲ ਅਸੀਂ ਕਦੇ ਨੈਗੋਸ਼ੀਏਟ ਨਹੀਂ ਕਰਨਾ। ਉਹ ਕਹਿੰਦੇ ਦੇਖੋ ਅੱਜ ਬੀਜੇਪੀ ਕਾਂਗਰਸ ਝਾੜੂ, ਔਰ ਕਾਂਗਰਸ ਝਾੜੂ ਤਾਂ ਹੈ ਹੀ ਇੱਕ, ਹੈ ਨਾ। ਕੱਲ੍ਹ ਰਾਹੁਲ ਗਾਂਧੀ ਝਾੜੂ 'ਤੇ ਮੋਹਰ ਲਾ ਕੇ ਆਇਆ, ਕਿਉਂਕਿ ਉੱਥੇ ਉਹਨਾਂ ਦੇ ਉਹ ਕੈਂਡੀਡੇਟ ਖੜਾ ਸੀ। ਇਹ ਇੱਕੋ ਹੀ ਨੇ, ਹੈ ਨਾ, ਸਾਰੇ ਬਾਹਰੋਂ ਹੀ ਰੌਲਾ ਪਾਉਂਦੇ ਨੇ। ਪਰ ਇੱਕੋ ਇੱਕ ਪਾਰਟੀ ਰਹਿ ਗਈ ਇੰਡੀਆ ਦੇ ਵਿੱਚ ਮਮਤਾ ਬੈਨਰਜੀ ਤੋਂ ਬਾਅਦ, ਜਿਹੜੀ ਇੱਕੋ ਇੱਕ ਪਾਰਟੀ ਬਚੀ ਹੈ ਸ਼੍ਰੋਮਣੀ ਅਕਾਲੀ ਦਲ। ਔਰ ਇਹ ਇਕੱਲੀ ਪਾਰਟੀ ਨਹੀਂ, ਇਹ ਸੋਚ ਹੈ, ਇਹ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਹੈ। ਜੇ ਇਹ ਹੈ ਤਾਂ ਸਾਡਾ ਧਰਮ ਹੈ। ਇਹ ਤਾਂ ਅਕਾਲ ਤਖ਼ਤ ਸਾਹਿਬ 'ਤੇ ਵੀ ਕਬਜ਼ਾ ਕਰਨ ਨੂੰ ਫਿਰਦੀਆਂ ਨੇ, ਜਿਵੇਂ ਹਰਿਆਣੇ ਕਰ ਲਿਆ, ਹਜ਼ੂਰ ਸਾਹਿਬ ਕਰ ਲਿਆ। ਸੋ ਇਹ ਪੰਜਾਬੀਆਂ ਨੂੰ ਜਾਗਣਾ ਪੈਣਾ, ਮੇਰੀ ਬੇਨਤੀ ਆ। ਠੀਕ ਹੈ ਗਲਤੀਆਂ ਹੁੰਦੀਆਂ ਨੇ, ਗਲਤੀਆਂ ਤੋਂ ਸਿੱਖੇ ਹਾਂ ਔਰ ਹਰੇ ਹਾਂ, ਮਰੇ ਨਹੀਂ। ਸੋ ਕਾਇਮ ਹੋਵੋ, ਔਰ ਰਿਵਾਈਵ ਹੋ ਰਿਹਾ ਅਕਾਲੀ ਦਲ, ਬੱਚੇ ਨੌਜਵਾਨ ਬਜ਼ੁਰਗ ਮੈਂ ਦੇਖਦਾ ਰੈਲੀਆਂ 'ਚ ਦੋਵੇਂ ਹੱਥ ਜੋੜ ਕੇ ਨਾਅਰੇ ਲਾਉਂਦੇ ਨੇ ਕਿ ਵਾਪਸ ਲੈ ਕੇ ਆਉਣਾ ਜੀ। ਬਹੁਤ ਬਹੁਤ ਧੰਨਵਾਦ। ਸੋ
ਬੀਲਾ ਸਾਹਿਬ ਤਗੜੇ ਟਰਾਂਸਪੋਰਟੀ ਅਮੈਰੀਕਾ ਦੇ ਵਿੱਚ, ਪੰਜਾਬ ਦੇ ਵਿੱਚ ਚੋਣਾਂ, ਦੇਸ਼ 'ਚ ਚੋਣਾਂ, ਤਾਂ ਬਾਦਲ ਸਾਹਿਬ ਨੂੰ ਸਪੋਰਟ ਕਰਨ ਦੇ ਲਈ ਅਮੈਰੀਕਾ ਤੋਂ ਸੱਦਾ ਜਹਾਜ਼ ਪੰਜਾਬ ਲੈਂਡ ਕੀਤਾ। ਕਹਿੰਦੇ ਕਿ ਬਠਿੰਡੇ ਦੀ ਸੀਟ ਅਸੀਂ ਜਿੱਤੇ ਪਏ ਹਾਂ। ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ, ਮਿੱਟੀ ਦੇ ਲਈ।